ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਅਕਾਲੀ ਦਲ ਦੇ ਵਰਕਰਾਂ ਤੇ ਬੀਤੇ ਦਿਨੀ ਦਿੱਲੀ ਦੇ ਵਿੱਚ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਦਿੱਤੇ ਗਏ ਪ੍ਰਤੀਕਰਮ ਦੀ ਨਿੰਦਿਆ ਕੀਤੀ ਗਈ ਹੈ ਅਤੇ ਇਸ ਨੂੰ ਕਿਸਾਨਾਂ ਨੂੰ ਬਦਨਾਮ ਕਰਨ ਵਾਲਾ ਦੱਸਿਆ। ਹਾਲਾਂਕਿ ਉਹਨਾਂ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਲਏ ਗਏ ਫੈਸਲਿਆਂ ਨੂੰ ਲੈ ਕੇ ਵੀ ਜੰਮ ਕੇ ਚੰਨੀ ਦੀ ਤਾਰੀਫ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਕਿ ਕਿਸਾਨਾਂ ਨੂੰ ਅਕਾਲੀ ਦਲ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੈਂਸ ਵੱਲੋਂ ਰਾਜੇਵਾਲ ਦਾ ਸਮਰਥਨ ਕੀਤਾ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਚਰਨਜੀਤ ਚੰਨੀ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਵੀ ਉਹਨਾਂ ਨੇ ਕਿਹਾ ਕਿ ਬੰਦੇ ਦੇ ਗੁਣ ਦੇਖ ਕੇ ਉਸ ਤੇ ਵਿਚਾਰਨਾ ਚਾਹੀਦਾ, ਨਾ ਕਿ ਜਾਤ ਪਾਤ ਤੇ ਧਰਮ। ਇਸ ਦੌਰਾਨ ਉਹਨਾਂ ਨੇ ਚੰਨੀ ਵੱਲੋਂ ਲਏ ਗਏ ਫੈਸਲਿਆਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਚੰਨੀ ਵਧੀਆ ਕੰਮ ਕਰਕੇ ਦਿਖਾਉਣਗੇ। ਇਸੇ ਨਾਲ ਹੀ ਬੈਂਸ ਨੇ ਨਵਜੋਤ ਸਿੰਘ ਸਿੱਧੂ ਦੀ ਵੀ ਤਾਰੀਫ ਕੀਤੀ। ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਕੁਨਬਾ ਕਹਿ ਸਕਦੇ ਹਾਂ, ਸ਼ੁਰੂ ਤੋਂ ਜਦੋਂ ਤੋਂ ਖੇਤੀ ਸੁਧਾਰ ਆਰਡੀਨੈਂਸ ਆਏ, ਸਭ ਤੋਂ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਆਰਡੀਨੈਂਸਾਂ ਨੂੰ ਪ੍ਰਵਾਨਗੀ ਐਜ਼ ਏ ਕੈਬਨਿਟ ਵਜ਼ੀਰ ਸਾਈਨ ਕਰਦੇ ਆ, ਔਰ ਫਿਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਐਂਡ ਕੰਪਨੀ ਸਾਰੀ ਖੇਤੀ ਸੁਧਾਰ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਕਸੀਦੇ ਪੜ੍ਹਦੇ ਆ। ਉਸ ਤੋਂ ਬਾਅਦ ਦੇ ਵਿੱਚ ਜਦੋਂ ਅੰਦੋਲਨ ਸਟਾਰਟ ਹੁੰਦਾ, ਦੇਖਦੇ ਆ ਵੀ ਇਹ ਸਾਡੇ ਵਸੋਂ ਬਾਹਰ ਦੀ ਗੱਲ ਆ, ਫਿਰ ਇਹ ਯੂ ਟਰਨ ਮਾਰਦੇ ਆ। ਪਰ ਯੂ ਟਰਨ ਮਾਰਦੇ ਹੋਏ ਕੋਈ ਮੁਕਾਮ ਐਸਾ ਨਹੀਂ ਇਹਨਾਂ ਨੇ ਛੱਡਿਆ ਜਿੱਥੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ, ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਇਹਨਾਂ ਨੇ ਕੋਈ ਕਸਰ ਬਾਕੀ ਛੱਡੀ ਹੋਵੇ। ਹੁਣ ਦਿੱਲੀ ਗਏ, ਉੱਥੇ ਤੁਸੀਂ ਕਿਸਾਨ ਸੰਯੁਕਤ ਮੋਰਚਾ, ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਸੰਗਤਾਂ ਦੇ ਉੱਤੇ, ਅੰਦੋਲਨਕਾਰੀਆਂ ਦੇ ਉੱਤੇ ਇੱਦਾਂ ਦੇ ਬੇਹੁਦਾ ਤੁਸੀਂ ਆਰੋਪ ਲਾਓ। ਜੇ ਤੁਹਾਨੂੰ ਕੋਈ ਪ੍ਰੋਬਲਮ ਆ, ਤੁਸੀਂ ਕਿਸਾਨ ਸੰਯੁਕਤ ਮੋਰਚੇ ਦੇ ਲੀਡਰਸ ਨੂੰ ਫੋਨ ਕਾਲ ਕਰ ਲਓ, ਉਹਨਾਂ ਨੂੰ ਕੋਈ ਚਿੱਠੀ ਪਾ ਦਿਓ। ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ, ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਆ ਕਿ ਅੰਦੋਲਨ ਨੂੰ ਬਦਨਾਮ ਕਿੱਦਾਂ ਕਰਨਾ। ਤੁਹਾਡੇ ਕਾਮਾਂ ਦੇ ਕਿਆਂ ਤੇ ਕਦੇ ਢੱਗੇ ਨਹੀਂ ਮਰਦੇ, ਤੁਹਾਡੇ ਬਦਨਾਮ ਕੀਤਿਆਂ ਅੰਦੋਲਨ ਦੋਸਤੋ ਬਦਨਾਮ ਨਹੀਂ ਹੋਣਾ। ਲੋਕਾਂ ਨੂੰ ਪਤਾ ਹੈ ਕਿ ਸੱਚਾਈ ਕੀ ਹੈ, ਚਾਹੇ ਬੀਜੇਪੀ ਦੇ ਨਾਲੋਂ ਗੱਠਜੋੜ ਟੁੱਟ ਚੁੱਕਿਆ, ਪਰ ਅੱਜ ਵੀ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਅੰਦੋਲਨ ਨੂੰ ਬਦਨਾਮ ਕਰਨ ਲਈ ਤੁਸੀਂ ਜਿਹੜੇ ਹੱਥ ਕੰਢੇ ਅਪਣਾ ਰਹੇ ਹੋ ਨਾ, ਤੁਸੀਂ ਜਿਹੜੇ ਰਸਤੇ ਫੜੇ ਹੋਏ ਆ, ਉਹ ਭਲੀ ਭਾਂਤ ਸਾਰੇ ਲੋਕਾਂ ਨੂੰ ਪਤਾ। ਹੁਣ ਖੁੱਲ੍ਹੀ ਚਿੱਠੀ, ਫਿਰ ਤੁਸੀਂ ਪਹਿਲਾਂ ਡਰਾਮਾ ਕੀਤਾ ਨੌਟੰਕੀ, ਅਤੇ ਹੁਣ ਫਿਰ ਪ੍ਰੈਸ ਦੇ ਵਿੱਚ ਜਾ ਕੇ ਕਹਿੰਦੇ ਹੋ ਵੀ ਅਸੀਂ ਕਿਸਾਨ ਲੀਡਰ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਚਿੱਠੀ ਪਾਵਾਂਗੇ। ਇਹ ਚਿੱਠੀ ਤੁਸੀਂ ਬਿਨਾਂ ਪ੍ਰੈਸ ਕਾਨਫਰੰਸ ਕੀਤਿਆਂ ਪਾਉਂਦੇ, ਜੇ ਤੁਹਾਨੂੰ ਕੋਈ ਸ਼ਿਕਾਇਤ ਸੀ। ਇਹ ਗੱਲਾਂ ਕੋਈ ਗੁੱਝੀਆਂ ਛਿਪੀਆਂ ਨਹੀਂ, ਤੁਹਾਡੇ ਵਰਕਰ ਬੱਸਾਂ ਦੇ ਵਿੱਚ ਦਾਰੂ ਦੀਆਂ ਪੇਟੀਆਂ ਰੱਖ ਰੱਖ ਕੇ ਅਕਾਲੀ ਦਲ, ਸ਼ਰਮ ਆਉਣੀ ਚਾਹੀਦੀ ਆ ਇੱਦਾਂ ਦੀ ਪਾਰਟੀ ਦੇ ਉੱਤੇ ਕਾਬਜ਼ ਜਿਹੜੇ ਲੋਕ ਹੈਗੇ ਉਹਨਾਂ ਨੂੰ। ਦੇਖੋ, ਬੜਾ ਚੰਗਾ ਜੀਨੀਅਸ, ਅਸੀਂ ਦਸਵਾਂ ਸਾਲ ਆਇਆ ਹੈ ਤਕਰੀਬਨ, 10 ਸਾਲ ਅਸੀਂ ਇਕੱਠੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਾਂ। ਬੜਾ ਜੀਨੀਅਸ ਸੰਜਮ ਵਾਲਾ ਸਾਥੀ ਹੈਗਾ ਸਤਿਕਾਰਯੋਗ CM ਸਾਹਿਬ। ਸਭ ਤੋਂ ਪਹਿਲਾਂ ਤਾਂ ਸਾਡੀਆਂ ਸ਼ੁਭਕਾਮਨਾਵਾਂ ਨੇ ਵੀ ਉਹ ਸਾਰੇ ਉਹ ਕੰਮ ਜਿਹੜੇ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਆਵਾਮ ਦੇ ਨਾਲ ਵਾਅਦੇ ਕੀਤੇ ਸੀ, ਗੁਰੂਆਂ ਨੂੰ ਤਾਕਤ ਬਖਸ਼ਿਸ਼ ਕਰਨ, ਉਹ ਸਾਰੇ ਵਾਅਦੇ ਪੂਰੇ ਕਰਨ। ਅਤੇ ਪੰਜਾਬ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਘਰਾਂ ਦੇ ਵਿੱਚ ਬਹਿਣ ਪੁਆਏ ਆ, ਮਾਮਾ ਦੇ ਪੁੱਤ ਗਏ ਆ ਚਿੱਟੇ ਦੇ ਦੈਂਤ ਦੇ ਮੂੰਹ ਦੇ ਵਿੱਚ, ਉਹਨਾਂ ਲੋਕਾਂ ਨੂੰ ਸਜਾਵਾਂ। ਉਹ ਲੋਕ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਆਪਣੀ ਕੁਰਸੀ ਬਚਾਉਣ ਵਾਸਤੇ ਕੀਤਾ, ਉਹਨਾਂ ਨੂੰ ਫੜ ਕੇ ਕਟਹਿਰਿਆਂ 'ਚ ਖੜੇ ਕਰਨ। ਅਤੇ ਜਿਹੜੇ ਲੋਕਾਂ ਨੇ ਰੋਡਵੇਜ਼, PRTC ਬੱਸਾਂ ਦਾ ਬੇੜਾ ਗਰਕ ਕਰਕੇ ਆਪਣੇ ਘਰ ਦੀਆਂ ਹਜ਼ਾਰਾਂ ਬੱਸਾਂ ਪਾਈਆਂ,